ਸਲਾਮ ਅਲੈਕੁਮ ਜੀ ਸ਼ਾਹ ਵਾਲੇਕੁਮ ਸਾਹਿਬ, ਸਲਾਮ। ਕੀ ਹਾਲ ਹੈ ਜੀ ਸ਼ਾਹ ਸਾਹਿਬ? ਠੀਕ ਠਾਕ ਹੋ? ਸ਼ੁਕਰ। ਮੈਂ ਤੁਹਾਡੀ ਮੱਕੀ ਚਾਰ ਚੁਫੇਰਿਓਂ ਦੇਖੀ ਆ ਤੇ ਮਾਸ਼ਾਅੱਲਾ ਕਿਹੜਾ ਬੀਜ ਲਾਇਆ ਹੈ? 9108 ਆ ਜੀ। ਅੱਛਾ ਅੱਛਾ ਅੱਛਾ, 9108 ਆ। ਤੇ ਖਾਦਾਂ ਸ਼ਾਦਾਂ ਕਿਹੜੀਆਂ ਪਾ ਰਹੇ ਹੋ? ਐਗਰੀਸੋਲ ਕੈਂਡਨ ਕੰਪਨੀ, ਉਹਦੀਆਂ ਖਾਦਾਂ ਅਸੀਂ ਯੂਜ਼ ਕਰ ਰਹੇ ਹਾਂ ਸਾਰੀਆਂ। ਤੇ ਤੁਹਾਡੇ ਖਿਆਲ 'ਚ ਕੀ ਇਹ ਅੱਛਾ ਬਿਹਤਰ ਰਹੇਗੀ ਪੈਦਾਵਾਰ? ਮੁਤਮੈਨ ਹੋ ਤੁਸੀਂ ਬੀਜ? ਹਾਂਜੀ ਬਿਲਕੁਲ ਮੁਤਮੈਨ ਆ, ਬਹੁਤ ਅੱਛਾ ਰਿਜ਼ਲਟ ਆ ਇਹਦਾ, ਤੁਹਾਡੇ ਸਾਹਮਣੇ ਆ। ਬਾਕੀ ਮੱਕੀ ਤੁਸੀਂ ਵੀ ਦੇਖਣ ਦੇ, ਬੀਜ ਤੋਂ ਔਰ ਖਾਦਾਂ ਤੋਂ ਹਰ ਚੀਜ਼ ਤੋਂ। ਹਾਂਜੀ ਬਿਲਕੁਲ। ਕੱਚੀ ਪੈਦਾਵਾਰ ਲੈਣ ਲਈ ਤੁਹਾਡੇ ਹਿਸਾਬ ਨਾਲ ਮੱਕੀ ਦੀ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ? ਸਭ ਤੋਂ ਮੇਨ ਜੀ ਇਹਦਾ ਫਾਸਫੋਰਸ ਦਾ, ਉਸ ਤੋਂ ਬਾਅਦ 'ਚ ਜਿਹੜੀ ਯੂਰੀਆ ਵਾ ਉਹ ਟਾਈਮ ਸਿਰ ਮਿਲਣੀ ਚਾਹੀਦੀ ਹੈ ਇਹਨੇ। ਅੱਛਾ ਅੱਛਾ, ਕਿੰਨੀ ਇਹਨੂੰ? ਪੋਟਾਸ਼ ਟਾਈਮ ਦੇ ਨਾਲ ਦੇਣੀ ਚਾਹੀਦੀ ਹੈ ਜਦੋਂ ਇਹਦਾ ਵਕਤ ਆ ਜਾਵੇ ਪੋਟਾਸ਼ ਦਾ। ਪੋਟਾਸ਼ ਕਿੰਨੀ ਦੇਣੀ ਚਾਹੀਦੀ ਫੀ ਏਕੜ? ਸੀ ਏਕੜ 8 ਕਿਲੋ ਪੋਟਾਸ਼ ਜੀ ਅਸੀਂ ਇਹਨੂੰ ਪਾਈ ਇਸ ਮੱਕੀ ਨੂੰ ਤੁਹਾਡੇ ਸਾਹਮਣੇ ਆਏ। ਅੱਛਾ, ਤੇ ਫਾਸਫੋਰਸ? ਫਾਸਫੋਰਸ ਅਸੀਂ 10 ਕਿਲੋ ਦੀ ਪੈਕਿੰਗ ਹੈ ਸਾਡੇ ਕੋਲ, ਕਿੱਲੇ ਦੀ ਸੀ ਐਗਰੀਸੋਲ ਕੈਨੇਡਾ ਦੀ। ਅੱਛਾ ਜੀ। ਜਿਹੜੀ ਅਸੀਂ ਉਹ 10 ਕਿਲੋ ਯੂਜ਼ ਕੀਤੀ ਹੈ, ਦੂਸਰੀ ਅਸੀਂ DAP ਵਗੈਰਾ ਕੋਈ ਸ਼ੈ ਨਹੀਂ ਪਾਈ। ਅਤੇ ਹੋਰ ਇਸ ਤੋਂ ਇਲਾਵਾ ਕੋਈ ਖਾਸ ਚੀਜ਼ ਇਹਦੇ ਨਾਲ ਪੈਦਾਵਾਰ ਹੋਰ ਬਿਹਤਰ ਕੀਤੀ ਜਾ ਸਕਦੀ ਹੋਵੇ? ਨਹੀਂ, ਅਸੀਂ ਤਾਂ ਫਿਲਹਾਲ ਇਹ ਜੀ ਯੂਰੀਆ ਪਾਈ ਹੈ ਇਹਨਾਂ ਦੀ। ਅੱਛਾ, 25 ਕਿਲੋ ਦੀ ਪੈਕਿੰਗ ਦੇ ਵਿੱਚ ਆ, 2-2 ਬੈਗ ਅਸੀਂ ਉਹ ਯੂਰੀਆ ਦੇ ਪਾਏ ਆ, 1-1 ਥੈਲਾ ਅਮੋਨੀਅਮ ਸਲਫੇਟ ਦਾ ਪਾਇਆ 50 ਕਿਲੋ ਦੀ ਪੈਕਿੰਗ ਦੇ ਵਿੱਚ। ਅੱਛਾ ਅੱਛਾ, ਬਸ ਇਹ ਚੀਜ਼ਾਂ ਅਸੀਂ ਪਾਈਆਂ ਅਤੇ ਬਾਕੀ ਮੱਕੀ ਤੁਹਾਡੇ ਸਾਹਮਣੇ ਆ, ਦੇਖ ਲਓ। ਮੱਕੀ ਤਾਂ ਮਾਸ਼ਾਅੱਲਾ ਬਹੁਤ ਸੋਹਣੀ ਆ, ਤੁਹਾਡਾ ਕੀ ਖਿਆਲ ਆ 100 ਮਣ ਫੀ ਏਕੜ ਕ੍ਰਾਸ ਕਰੇਗੀ? 100+ ਜਾਏਗੀ ਜੀ ਇਨਸ਼ਾਅੱਲਾ। ਇਨਸ਼ਾਅੱਲਾ ਇਨਸ਼ਾਅੱਲਾ, ਚਲੋ ਅੱਲਾ ਖੈਰ ਕਰੇ। ਠੀਕ ਹੈ ਜੀ, ਬੜੀ ਮਿਹਰਬਾਨੀ।